ਤੇ ਕਿੰਤੂ ਪਰੰਤੂ ਕਰਦੇ ਆ ਨਾ, ਉਹਨਾਂ ਨੂੰ ਰੱਬ ਮਾਫੀ ਨਹੀਂ ਦਿੰਦਾ। ਜਿਹੜਾ ਧਾਰਨਾ ਲਾਉਣ ਤੇ ਕਿੰਤੂ ਪਰੰਤੂ ਕਰਦੇ ਆ ਉਹ ਵੀ ਵੱਡੇ ਪਾਪੀ ਨੇ। ਜਿਹੜੇ ਕਹਿੰਦੇ ਵੀ ਤੁਸੀਂ ਸੁਖਮਣੀ ਜਾਪ ਸੰਪੜ ਕਿਉਂ ਲਾਉਂਦੇ ਜੇ, ਗੁਰੂ ਗ੍ਰੰਥ ਸਾਹਿਬ ਵਿੱਚ ਸੰਪੜ ਕਿਉਂ ਲਾਉਂਦੇ ਜੀ, ਉਹਨਾਂ ਵਰਗਾ ਕੋਈ ਪਾਪੀ ਨਹੀਂ ਗਾ। ਬਾਣੀ ਪੜ੍ਹਨ ਤੇ ਕਦੀ ਸ਼ੰਕਾ ਨਹੀਂ, ਕਿਵੇਂ ਵੀ ਪੜ੍ਹੂ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਇਹ ਤਾਂ ਈਰਖਾ ਹੈ। ਕੀਰਤਨ ਗੁਰਬਾਣੀ, ਧਾਰਨਾ ਇਹ ਗੁਰੂ ਦੀ ਬਾਣੀ ਹੈ। ਸਾਰਾ ਦਿਨ ਤੂੰ ਬਾਣੀ ਪੜ੍ਹਦਾ ਰਹਿੰਦਾ, ਕਦੀ ਪਰਿਵਾਰ ਨਾਲ ਗੱਲਾਂ, ਧੀਆਂ ਪੁੱਤਰਾਂ ਨਾਲ ਗੱਲਾਂ। ਗੁਰੂਆਂ ਨੇ ਸੰਸਾਰੀ ਕੰਮ ਕੀਤੇ, ਪਿਆਰ ਵਾਲਿਆਂ ਨੇ ਲੁੱਟ ਲਿਆ। ਜਿਹੜਾ ਪਿਆਰ ਚ ਧਾਰਨਾ ਵੀ ਗਾ ਰਿਹਾ ਹੈ, ਪਿਆਰ ਵਿੱਚ ਸੁਖਣੀ ਸੰਪੜ ਲਾ ਕੇ ਗਾ ਰਿਹਾ, ਜੇ ਤੁਸੀਂ ਉਹਦੇ ਤੇ ਕਿੰਤੂ ਪਰੰਤੂ ਕਰਦਾ ਤੁਹਾਡਾ ਭਗਤੀ ਦਾ ਭਾਂਡਾ ਖਤਮ ਹੋ ਜਾਏ। ਤੁਸੀਂ ਸਾਰੀ ਉਮਰ ਝਗੜਦੇ ਰਹੋਗੇ, ਲੜਾਈਆਂ ਕਰਦੇ ਰਹੋਗੇ, ਇਹ ਕੋਈ ਲੱਗ ਜਾਏਗੀ ਉਮਰ ਸਾਰੀ। ਜਿਵੇਂ ਵੀ ਕੋਈ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਆ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ, ਸਿਰ ਨਾਨਕ ਲੋਕਾਂ ਪਾਵ ਹੈ, ਲੋਕਾਂ ਦੇ ਪੈਰ ਮੇਰਾ ਸਿਰ, ਮੈਂ ਬਲਹਾਰ ਜਾਣਾ ਤੇਰੇ ਨਾਮਾਂ ਤੋਂ। ਕਦੀ ਨੀ ਸ਼ਕਾ ਕਰਨਾ, ਕੋਈ ਚਿਮਟਿਆਂ ਨਾਲ ਕੀਰਤਨ ਕਰੇ, ਕੋਈ ਟੱਲੀਆਂ ਨਾਲ ਕਰੇ, ਕੋਈ ਵਾਜੇ ਜੋੜੀਆਂ ਨਾਲ ਕਰੇ, ਕੋਈ ਖੜ ਕੇ ਕਰੇ ਕੀਰਤਨ, ਕੋਈ ਬੈਠ ਕੇ ਕਰੇ, ਕੋਈ ਧਾਰਨਾ ਦੇ ਨਾਲ ਕਰੇ, ਗੁਰਬਾਣੀ ਤੋਂ ਨਹੀਂ ਰੋਕਣਾ। ਕੱਚੀ ਬਾਣੀ ਕਿਹੜੀ ਹੈ, ਗੰਦੇ ਖਾਣੀ ਹੈ। ਤੇ ਜਿਹੜਾ ਗੁਰਬਾਣੀ ਦੇ ਪ੍ਰਮਾਣਾਂ ਨੂੰ ਕੱਚੀ ਬਾਣੀ ਕਹੀ ਜਾਂਦਾ ਹੈ, ਉਹਦੇ ਵਰਗਾ ਕੱਚਾ ਕੌਣ ਹੋ ਸਕਦਾ। ਜਿਵੇਂ ਵੀ ਕੋਈ ਕਰੇ ਕੀਰਤਨ, ਸੰਗਤਾਂ ਜੁੜ ਜਾਂਦੀ ਹੈ, ਮਨ ਜੁੜ ਜਾਂਦੇ ਆ, ਸਿੱਧੀ ਬੋਲੀ ਚ ਬੰਦਾ ਬੋਲਦਾ ਹੈ। ਸਾਰੀ ਉਮਰ ਇੱਕ ਕੌਡੀ ਨਹੀਂ ਪ੍ਰਾਪਤ ਹੋਈ, ਉਹਨਾਂ ਪੈਸੇ ਲਏ, ਬਾਣੀ ਪੜੀ ਪੈਸੇ ਲਏ, ਬਾਣੀ ਪੜੀ ਪੈਸੇ ਲਏ, ਉਹ ਪੈਸੇ ਦੀ ਰਹਿ ਮਾਇਆ। ਉਹਨਾਂ ਨੂੰ ਕੁਝ ਮਿਲਿਆ ਨਹੀਂ। ਜਿਹਨੇ ਗਾ ਲਿਆ ਸੁਣ ਲਿਆ ਝਾੜੂ ਮਾਰਨਾ, ਉਹਦਾ ਫਲ ਨਹੀਂ ਹੋਏਗਾ। ਰੋਟੀਆਂ ਪਕਾਉਣ ਦਾ ਫਲ ਨਹੀਂ ਹੋਏਗਾ, ਲੰਗਰ ਦਰੀਆਂ ਵਿਛਾਉਣ ਦਾ ਫਲ ਨਹੀਂ ਹੋਏਗਾ, ਗੁਰਦੁਆਰੇ ਦੀ ਬਿਲਡਿੰਗਾਂ ਬਣਾਉਣ ਦਾ ਕੋਈ ਫਲ ਨਹੀਂ, ਸਫਾਈਆਂ ਕਰਨ ਦਾ, ਸੰਗਤਾਂ ਨੂੰ ਉਠਾਉਣ ਦਾ। ਉਠੋ ਭਾਈ ਨਾਮ ਜਪੋ, ਆਜੋ ਗੁਰਦੁਆਰੇ ਚੱਲੀਏ, ਆਜੋ ਗੁਰੂ ਦੇ ਚਰਨਾਂ ਚ ਚੱਲੀਏ, ਕੋਈ ਫਲ ਨਹੀਂ। ਜਿਹੜੇ ਬਾਣੀ ਦੀਆਂ ਧਾਰਨਾ ਲਾ ਕੇ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਆ, ਕਿਸੇ ਦੇ ਵੀ ਕਿੰਤੂ ਪਰੰਤੂ ਨਹੀਂ, ਆਪਣੇ ਮਨ ਦੇ ਕਰ, ਆਪਣੀਆਂ ਗੰਦੀਆਂ ਵਾਸ਼ਨਾ ਦੇ ਕਰ। ਜਿਹੜਾ ਜੁੜਦਾ ਜਿਵੇਂ ਉਹਦੇ ਨਾਲ ਜੁੜ ਜਾ,
ਤੁਹਾਨੂੰ ਰਸ ਆਏਗਾ। ਰਸ ਲੈਣਾ ਸਿੱਖੋ, ਰਸ ਪੀਣਾ ਸਿੱਖੋ। ਗਿਣਤੀਆਂ ਮਿੰਤੀਆਂ ਨਹੀਂ, ਰਸ ਲਓ। ਮਾਘ ਦਾ ਮਹੀਨਾ ਸੀ, ਇੱਕ ਗੁਰਦੁਆਰੇ ਸੰਤਾਂ ਨੇ ਮੇਰੀ ਡਿਊਟੀ ਲਾ ਦਿੱਤੀ। ਬਿਜਲੀ ਘਰ ਦੇ ਮੀਆਂ ਬੀਬੀ ਹਿੰਦੂ ਸਨ, ਉਹਨਾਂ ਦੇ ਘਰ ਪੁੱਤਰ ਨਹੀਂ ਸੀ। ਉਹਨਾਂ ਕਿਹਾ ਸੀ ਮਾਘ ਦਾ ਮਹੀਨਾ ਹਰ ਰੋਜ਼ ਝਾੜੂ ਲਾ ਕੇ ਜਾਵਾਂਗੇ, ਸਾਡੇ ਘਰੇ ਪੁੱਤਰ ਹੋਵੇ। ਜਿਹੜਾ ਆਉਣ ਵਾਲਾ ਮਾਘ ਦਾ ਮਹੀਨਾ ਸੀ ਨਾ, ਫਿਰ ਉਹਨਾਂ ਦੇ ਘਰ ਪੁੱਤਰ ਖੇਡਦਾ ਸੀ, ਉਹਨਾਂ ਨੂੰ ਫਿਰ ਮਹੀਨਾ ਸੇਵਾ ਕੀਤੀ। ਮੈਂ ਕਿਹਾ ਵੀ ਤੁਹਾਨੂੰ ਪੁੱਤਰ ਤਾਂ ਮਿਲ ਗਿਆ, ਫਿਰ ਤੁਸੀਂ ਮਾਘ ਦਾ ਮਹੀਨਾ ਸੇਵਾ ਸਾਰੀ ਅੰਮ੍ਰਿਤ ਵੇਲੇ ਰਾਤੀ 1-2 ਵਜੇ ਸੁਖਣੀ ਕੇ ਸਾਰੇ ਝਾੜੂ ਲਾਉਣੇ ਆ। ਕਹਿੰਦੇ ਜੀ ਇਹ ਸ਼ੁਕਰਾਨੀ ਦੀ, ਇਸ ਪੁੱਤਰ ਦੇ ਚੰਗੇ ਕਰਮ ਬਣਨ, ਚੰਗੀਆਂ ਭਾਵਨਾ ਹੋਣ, ਮਾਂ ਬਾਪ ਦਾ ਆਗਿਆਕਾਰ ਹੋਵੇ। ਕੱਲੇ ਪੁੱਤਰ ਨਹੀਂ ਮੰਗਣੇ, ਪੁੱਤਰ ਹੋਣ ਗੁਰੂ ਦੇ ਪਿਆਰੇ, ਭਗਤੀ ਵਾਲੇ, ਨਾਮ ਜਪਣ ਵਾਲੇ। ਸੁਖਮਣੀ ਸੁਖ ਅੰਮ੍ਰਿਤ ਪ੍ਰਭਨਾਮ, ਭਗਤ ਜਨਾ ਕੇ ਮਨ ਬਿਸਰਾਮ। ਗੁਰਬਾਣੀ ਕੀਰਤਨ ਦੇ ਨਾਲ ਭਾਈ ਮਨ ਜ਼ਿਆਦਾ ਜੁੜਦਾ ਹੈ, ਤੇ ਜਦੋਂ ਸੁਖਮਣੀ ਸਾਹਿਬ ਇਕਾਗਰਤਾ ਚ ਕਰਾਂਗੇ ਸਾਡਾ ਮਨ ਬਹੁਤ ਜੁੜੇਗਾ। ਦਰਬਾਰ ਸਾਹਿਬ ਦੇ ਅੱਗੇ ਰੋਜ਼ ਸੰਗਤ ਕੁਆੜ ਖੁੱਲਣ ਤੋਂ ਪਹਿਲਾਂ ਸੁਖਮਣੀ ਕਰਦੀ, ਉਹਨਾਂ ਦੇ ਦਰਸ਼ਨ ਕਰਕੇ ਮਨ ਠਹਿਰਦਾ ਹੈ। ਪੁੱਛੋ ਸਾਹਿਬ ਤੋਂ ਲਾਈਵ ਪ੍ਰੋਗਰਾਮ ਆਉਂਦਾ ਹੈ ਸ੍ਰੀ ਪੁੱਛੋ ਸਾਹਿਬ ਚੈਨਲ ਤੇ, ਉਹ ਰਾਤ ਨੂੰ 2:30-3:30 ਵਜੇ ਸਾਰੀਆਂ ਸੰਤਾਂ ਆਣ ਕੇ ਮੂਰਤਾਂ ਬਹਿ ਜਾਂਦੀਆਂ ਨੇ। ਇਹ ਨਹੀਂ ਕਿ ਸੁਮਣੀ ਸ਼ੁਰੂ ਹੋਏ ਤੋਂ, ਸੁਮਣੀ ਤੋਂ ਪਹਿਲਾਂ ਤੇ ਪੂਰਾ ਪਾਠ ਕਰਨ। ਪਹਿਲੋਂ ਲੋਕੀ ਆਣ ਕੇ ਆਖਣ ਜੀ ਸਾਡੇ ਬੱਚੇ ਬਿਮਾਰ ਹੋ ਗਏ, ਸਾਡੇ ਪਸ਼ੂ ਦੁੱਧ ਨਹੀਂ ਦਿੰਦੇ, ਸਾਡੀ ਖੇਤੀ ਨਹੀਂ ਹੋ ਰਹੀ। ਮਹਾਂਪੁਰਖਾਂ ਕੋਲ ਬੇਨਤੀਆਂ ਕਰ ਪਿੰਡਾਂ ਦੀ। ਮਹਾਂਪੁਰਸ਼ ਕਹਿੰਦੇ ਤੁਹਾਡੀ ਖੇਤੀ ਵੀ ਬਹੁਤ ਹੋਏਗੀ, ਪਸ਼ੂ ਵੀ ਤੰਦਰੁਸਤ ਰਹਿਣਗੇ, ਬੱਚੇ ਵੀ ਸਹੀ ਰਹਿਣਗੇ, ਤੁਸੀਂ ਰੋਜ਼ ਅੰਮ੍ਰਿਤ ਵੇਲੇ ਸੁਖਮਣੀ ਚ ਆ ਜਾ। ਉਹ ਮਾਂ ਬਾਪ ਰਾਤ ਨੂੰ 2:30 ਵਜੇ ਉੱਠਦੇ, ਇਸ਼ਨਾਨ ਕਰਕੇ 3:30 ਬਹਿ ਜਾਂਦੇ ਆ, ਤੇ 6 ਵਜੇ ਤਾਈ ਉਹਨਾਂ ਸੁਖਮਣੀ ਪਾਠ ਕਰਕੇ ਘਰੇ ਪਹੁੰਚ ਜਾਣ, ਤੇ ਸਾਰਿਆਂ ਦੇ ਘਰਾਂ ਚ ਸੁਖ, ਸਾਰਿਆਂ ਦੇ ਕਾਰੋਬਾਰ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸੇਵਾ ਲਾਈ ਤੇ ਨਵੇਂ ਬਾਜ਼ਾਰ ਬਣੇ, ਨਵੀਆਂ ਦੁਕਾਨਾਂ ਬਣੀ, ਨਵੇਂ ਕਾਰੋਬਾਰ ਚੱਲੇ, ਸਾਰੇ ਦੁਕਾਨਦਾਰ ਇਕੱਠੇ ਹੋ ਕੇ ਆ ਕਿ ਮਹਾਰਾਜ ਜੀ ਸਾਡੇ ਕੰਮ ਨਹੀਂ ਚੱਲਦੇ। ਸਾਰੇ ਤਰ੍ਹਾਂ ਦੇ ਬਾਜ਼ਾਰ ਬਣਾਏ, ਲੋਹਾਰਾਂ ਦਾ ਬਾਜ਼ਾਰ, ਪਾਪੜਾਂ ਦਾ ਬਾਜ਼ਾਰ, ਹੋਰ ਹਰ ਇੱਕ ਤਰ੍ਹਾਂ ਦੇ ਸਾਰੇ ਬਾਜ਼ਾਰ ਬਣਾਏ, ਵਪਾਰ ਦਾ ਕੇਂਦਰ ਬਣਾਇਆ। ਭਾਈ ਮਹਾਂਪੁਰਖ ਗੁਰੂ ਵੀਰ ਜੋ ਮਰਜ਼ੀ ਕਰਨ,
ਉਹਨਾਂ ਦੀ ਭਗਤੀ ਸਾਰਿਆਂ ਦੇ ਕੰਮ ਕਾਰ ਖੋਲਤੇ। ਜਿੰਦੇ ਚਾਰ ਚਾਰ ਬੱਚੇ ਸੀ ਉਹਦੇ ਦੋ ਦੋ ਇਹਦੇ ਕੰਮ ਸ਼ੁਰੂ ਕਰਾਤਾ ਅੰਮ੍ਰਿਤਸਰ। ਜਿੰਦੇ ਦੋ ਸੀ ਉਹਨੇ ਕਿਹਾ ਬੱਚੇ ਦੇ ਰਹਿ ਕੇ ਕੰਮ ਕਰਾ, ਪਰ ਕੰਮ ਨਾ ਚੱਲਣ ਸਾਰੇ ਵੇਲੇ ਗੁਰੂ ਮਹਾਰਾਜ ਬੁਲਾਏ ਕਿ ਮਹਾਰਾਜ ਸਾਡੇ ਕੰਮ ਨਹੀਂ ਚੱਲਦੇ, ਕਾਰੋਬਾਰ ਸਾਡੇ ਚੱਲਦੇ। ਗੁਰੂ ਸਾਹਿਬ ਕਹਿੰਦੇ ਤੁਹਾਡੇ ਕਾਰੋਬਾਰ ਬਹੁਤ ਚੱਲਣਗੇ, ਬਹੁਤ ਪੈਸਾ ਆਏਗਾ, ਬਹੁਤ ਸੁੱਖ ਮਾਣੋਗੇ, ਪਰ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਦਰਬਾਰ ਸਾਹਿਬ ਆ ਜਾ। ਸਵੇਰੇ 3 ਵਜੇ ਤੋਂ ਲੈ ਕੇ 7-8 ਵਜੇ ਤੀ ਰਹੋ, ਦੁਕਾਨਾਂ ਖੋਲ ਲਓ ਜਾ ਕੇ, ਸ਼ਾਮੀ ਫਿਰ ਦੁਕਾਨਾਂ ਬੰਦ ਕਰਕੇ 6 ਵਜੇ ਫਿਰ ਆ ਜਾਓ, 10-11 ਵਜੇ ਤੀ ਫਿਰ ਇੱਥੇ ਰਹੋ, ਦੋਨੋਂ ਟਾਈਮ ਦਰਬਾਰ ਸਾਹਿਬ ਆ ਜਾ ਕਰੋ। ਤੁਹਾਨੂੰ ਕੰਮ ਦਾ ਫਿਕਰ ਨਹੀਂ, ਕੰਮ ਦਾ ਫਿਕਰ ਉਹ ਕਰੇਗਾ। Please subscribe to our YouTube channel Sri Pujo Sahib to get more updates and new videos of Sant Baba Sukhdev Singh Ji Dera Rumi Pujo.